ਪੰਜਾਬ ਦੇ ਕਿਸਾਨਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਹੈ। ਸਭ ਤੋਂ ਵੱਡਾ ਫੈਸਲਾ ਜਿਹੜਾ ਹੈ ਉਹ ਪੰਜਾਬ ਸਰਕਾਰ ਦਾ ਸਾਹਮਣੇ ਆ ਗਿਆ ਹੈ। ਪਰਾਲੀ ਨੂੰ ਲੈ ਕੇ ਇੱਕ ਮੀਟਿੰਗ ਅੱਜ CM ਹਾਊਸ ਦੇ ਵਿੱਚ ਹੋਈ ਹੈ, ਜਿਸ ਤੋਂ ਬਾਅਦ ਇੱਕ ਵੱਡਾ ਬਿਆਨ ਜਿਹੜਾ ਹੈ ਖੇਤੀਬਾੜੀ ਮੰਤਰੀ ਦਾ ਸਾਹਮਣੇ ਆਇਆ ਹੈ ਕਿ ਕੱਲ੍ਹ ਤੋਂ ਹੀ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋ ਜਾਵੇਗੀ। ਉਸ ਦੇ ਨਾਲ ਹੀ ਇੱਕ ਹੋਰ ਜਿਹੜਾ ਵੱਡਾ ਫੈਸਲਾ ਇਹ ਕਹਿ ਦਿੱਤਾ ਗਿਆ ਹੈ ਕਿ ਪਰਾਲੀ ਨਾ ਸਾੜੀ ਜਾਵੇ, ਉਸਨੂੰ ਲੈ ਕੇ ਸਰਕਾਰ ਘੱਟੋ ਘੱਟ 500 ਕਰੋੜ ਰੁਪਇਆ ਖਰਚ ਕਰੇਗੀ, ਜਿਸ ਕਰਕੇ ਉਹਨਾਂ ਨੂੰ ਸਾੜਿਆ ਨਾ ਜਾਵੇ। ਪਿਛਲੀ ਵਾਰ ਦਾ ਜੇ ਅਸੀਂ ਟਾਰਗੇਟ ਦੇਖਿਆ ਜਾਵੇ ਤਾਂ 50% ਪਰਾਲੀ ਨਾ ਸੜੀ ਜਾਵੇ, ਇਹ ਪੁਆਇੰਟ ਆਫ ਵਿਊ ਰੱਖਿਆ ਗਿਆ ਸੀ। ਪਰ ਇਸ ਵਾਰ ਸਰਕਾਰ ਲਗਭਗ 70% ਪਰਾਲੀ ਨਾ ਸਾੜੀ ਜਾਵੇ ਇਹ ਓਪੀਨੀਅਨ ਲੈ ਕੇ ਚੱਲ ਰਹੀ ਹੈ। ਇਹ ਪੂਰਾ ਜਿਹੜਾ ਪਲਾਨ ਹੈ ਉਹ ਸਰਕਾਰ ਦੇ ਵੱਲੋਂ ਬਣਾਇਆ ਗਿਆ ਹੈ। ਉਸ ਦੇ ਨਾਲ ਹੀ ਸਰਕਾਰ ਦੇ ਵੱਲੋਂ ਮਸ਼ੀਨਾਂ ਦਾ ਜਿਹੜਾ ਹੈਗਾ ਹੈ ਉਹ ਸਾਰਾ ਖਰਚਾ ਲਗਭਗ 500 ਕਰੋੜ ਤੱਕ ਖਰਚਾ ਕਰੇਗੀ ਸਰਕਾਰ ਇਸ ਦੇ ਉੱਤੇ। ਅਤੇ ਉਸ ਦੇ ਨਾਲ ਹੀ ਇੱਕ ਰੈੱਡ ਐਂਟਰੀ ਆ ਜੋ ਕਿ ਹਾਈਕੋਰਟ ਦੇ ਵੱਲੋਂ ਵੀ ਕਹਿ ਦਿੱਤਾ ਗਿਆ ਹੈ, ਕੋਰਟ ਦੇ ਵੱਲੋਂ ਜਿਹੜੀਆਂ ਗੱਲਾਂ ਕਹੀਆਂ ਗਈਆਂ ਨੇ, ਰੈੱਡ ਐਂਟਰੀਆਂ ਨੂੰ ਲੈ ਕੇ ਸਰਕਾਰ 'ਤੇ ਦਬਾਅ ਬਣਾਇਆ ਜਾ ਰਿਹਾ ਹੈ। ਪਰ ਕਿਸਾਨਾਂ ਦੇ ਪੱਖ ਦੇ ਵਿੱਚ ਸਰਕਾਰ ਹਾਲੇ ਤੱਕ ਉਸ ਦੇ ਉੱਤੇ ਕੋਈ ਕਦਮ ਨਹੀਂ ਚੁੱਕ ਰਹੀ। ਸਰਕਾਰ ਰੈੱਡ ਐਂਟਰੀਆਂ ਦੇ ਲੈ ਕੇ ਹਾਲੇ ਤੱਕ ਕਿਸਾਨਾਂ ਨੂੰ ਲੈ ਕੇ ਥੋੜ੍ਹਾ ਸੰਤੁਸ਼ਟ ਰੱਖ ਰਹੀ ਹੈ ਕਿ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ। ਪਰ ਇੱਕ ਵੱਡੀ ਖੁਸ਼ਖਬਰੀ ਜਿਹੜੀ ਕਿਸਾਨਾਂ ਦੇ ਲਈ ਇਸ ਸਮੇਂ ਹੈ ਕਿ ਆੜ੍ਹਤੀਆਂ ਦੀ ਜਿਹੜੀ ਗੱਲ ਕਹੀ ਜਾ ਰਹੀ ਸੀ, ਆੜ੍ਹਤੀਆਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਸਾਡੇ ਵੱਲੋਂ ਝੋਨੇ ਦੀ ਸਰਕਾਰੀ ਖਰੀਦ ਨਹੀਂ ਕਰੀ ਜਾਵੇਗੀ, ਪਰ ਸਰਕਾਰ ਦੇ ਵੱਲੋਂ ਸਿੱਧੇ ਤੌਰ 'ਤੇ ਕਹਿ ਦਿੱਤਾ ਗਿਆ ਕਿ ਅੱਜ ਤੋਂ ਹੀ ਨਹੀਂ ਕਿ ਬਲਕਿ ਕੱਲ੍ਹ ਤੋਂ ਹੀ ਜਿਹੜੀ ਝੋਨੇ ਦੀ ਸਰਕਾਰੀ ਖਰੀਦ ਹੈ ਉਹ ਸ਼ੁਰੂ ਹੋ ਜਾਵੇਗੀ। ਲਗਾਤਾਰ ਜਦੋਂ ਤੋਂ ਮੁੱਖ ਮੰਤਰੀ ਪੰਜਾਬ ਬਾਹਰ ਆਏ ਹਨ, ਹਸਪਤਾਲ ਤੋਂ ਛੁੱਟੀ ਮਿਲੀ ਹੈ, ਉਸ ਤੋਂ ਬਾਅਦ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ। ਕੱਲ੍ਹ ਵੀ ਇੱਕ ਮੀਟਿੰਗ ਹੁੰਦੀ ਹੈ, ਉਸ ਤੋਂ ਬਾਅਦ ਅੱਜ ਪਰਾਲੀ ਨੂੰ ਲੈ ਕੇ ਮੀਟਿੰਗ ਹੁੰਦੀ ਹੈ, ਜਿਸ ਨੂੰ ਲੈ ਕੇ ਵੱਡੇ ਕਦਮ ਜਿਹੜੇ ਨੇ ਉਹ ਸਰਕਾਰ ਦੇ ਵੱਲੋਂ ਚੁੱਕੇ ਗਏ ਨੇ। ਉਸ ਦੇ ਨਾਲ ਹੀ ਕੁਝ ਹੋਰ ਵੱਡੇ ਸਵਾਲ ਵੀ ਜਿਹੜੇ ਨੇ ਇਸ ਦੇ ਵਿੱਚ ਰੱਖੇ ਗਏ ਨੇ। ਪਰ ਕਿਸਾਨਾਂ ਦੇ ਲਈ ਇਹ ਇੱਕ ਅਹਿਮ ਰਹਿਣ ਵਾਲਾ ਹੈ ਕਿ ਰੈੱਡ ਐਂਟਰੀਆਂ ਤੋਂ ਵੀ ਕਿਤੇ ਨਾ ਕਿਤੇ ਸਰਕਾਰ ਉਹਨਾਂ ਨੂੰ ਬਚਾਉਣ ਦਾ ਕੋਸ਼ਿਸ਼ ਕਰ ਰਹੀ ਹੈ, ਉੱਥੇ ਹੀ ਪਰਾਲੀ ਨੂੰ ਨਾ ਸਾੜਨ 'ਤੇ ਕਿਤੇ ਨਾ ਕਿਤੇ ਕੁਝ ਸਹੂਲਤਾਂ ਵੀ ਜਿਹੜੀਆਂ ਕਿਸਾਨਾਂ ਨੂੰ ਦਿੱਤੀਆਂ ਜਾਣਗੀਆਂ।